ਅਸੀਂ ਹਰ ਸਾਲ ਮੇਲੇ 'ਤੇ ਆਉਂਦੇ ਹਾਂ, ਨਾ ਰਿਸ਼ਤੇਦਾਰ ਆਉਂਦੇ ਹਾਂ, ਨਾ ਅਸੀਂ ਆਉਂਦੇ ਹਾਂ, ਚੌਂਕੇ ਭਰ ਕੇ ਜਾਂਦੇ ਹਾਂ, ਜੋ ਸਾਨੂੰ ਮੰਗਦੇ ਬਾਬੇ ਤੋਂ ਸਾਨੂੰ ਮਿਲਦਾ ਸਭ ਕੁਛ। ਅੱਜ ਕੌਣ ਆਇਆ ਰਿਸ਼ਤੇ? ਅੱਜ ਧਾਂਦਰੇ ਤੋਂ ਆਏ ਨੇ, ਨਾਲੇ ਕੋਪਕਲਾਂ ਤੋਂ ਆਏ ਨੇ ਸਾਰੇ ਜਾਣੇ। ਫਿਰ ਮੇਲਾ ਦੇਖਿਆ ਜੀ? ਮੇਲਾ ਖੂਬ ਦੇਖਿਆ, ਵਧੀਆ ਮੇਲਾ ਦੇਖਿਆ ਵਾ। ਅੱਜ ਭੀੜ ਘੱਟ ਸੀ, ਨਹੀਂ ਤਾਂ ਭੀੜ ਬਾਹਲੀ ਹੁੰਦੀ ਹੈ। ਇੱਥੇ ਕੀ ਕਹੋਗੇ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਜੀ? ਹਾਂਜੀ, ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ, ਸਾਰਿਆਂ ਦਿਖਾਉਣਾ। ਪਿਛਲਾ ਚਿਹਰਾਂ ਦਾ ਇਹ ਚੱਲਦਾ ਕਿ ਕਰੋਨਾ 'ਚ ਬੰਦ ਹੋਇਆ ਸੀ, ਹੁਣ ਤਾਂ ਇਹ ਚੱਲਦਾ ਮੇਲਾ। ਕਿੰਨੇ ਕੁ ਸਾਲ ਪੁਰਾਣਾ ਜੀ? ਇਹ ਤਾਂ ਬਹੁਤ ਜ਼ਿਆਦਾ ਪੁਰਾਣਾ, ਸਾਡੇ ਅੰਦਰ ਬਾਪੂ ਜੀ ਦੀ ਫੋਟੋ ਲੱਗੇ, ਦਾਦੇ ਪੜਦਾਦੇ ਦੀ, ਰੂਲੀਆ ਸਿੰਘ। ਕੀ ਮਾਨਤਾ ਇੱਥੇ? ਮਿੱਟੀ ਕੱਢਦੇ ਨੇ, ਚੌਂਕੀ ਭਰਦੇ ਨੇ। ਚੌਂਕੀ ਭਰਦੇ ਨੇ, ਜੋ ਮੰਗਦੇ ਆਪਾਂ ਨੂੰ ਮਿਲਦਾ ਵਾ। ਕਹਿੰਦੇ ਵੀ ਸੱਪ ਦਿਖਾਈ ਨਾ ਦੇਵੇ ਜਾਂ ਜੋ ਵੀ, ਇੱਦਾਂ ਦੀ ਕੋਈ ਗੱਲ ਆ? ਹਾਂਜੀ, ਜੇ ਆਪਾਂ ਸੁੱਕ ਲੈਂਦੇ ਹਾਂ, ਜੋੜਾ ਚੜ੍ਹ ਕੇ ਜਾਂਦੇ, ਜਮਾ ਨਹੀਂ ਦਿਸਦੇ ਸਾਨੂੰ ਬਾਬੇ, ਕਦੇ ਦਿਖਾਈ ਨਹੀਂ ਦਿੱਤੇ ਹੈਗੇ। ਅਤੇ ਕੀ ਕਹੋਗੇ ਨੌਜਵਾਨਾਂ ਨੂੰ ਮੇਲੇ ਦੇਖਣ ਲਈ? ਵੀ ਦੇਖਣ ਆਉਣ ਜ਼ਰੂਰ। ਹਾਂ, ਦੁਕਾਨਾਂ ਖਾਣਾ ਕੀ ਖਾਣ ਨੂੰ ਇੱਥੇ ਖਾਸ ਕਰਦਾ ਜੀ? ਪਕੌੜੇ, ਬਸ ਪਕੌੜੇ ਚੱਲਦੇ ਆ, ਕੁਲਫੀਆਂ ਖਾਈ ਜਾਂਦੇ ਆ, ਕੋਈ ਕੁਛ ਖਾਂਦਾ, ਕੋਈ ਕੁਛ ਖਾਂਦਾ। ਮਿੱਠੀ ਪਾਤੀ ਜੀ? ਪਾਤੀ ਬਹੁਤ ਖਾਂਦੇ ਨੇ। ਮਿੱਠੀ ਹੁੰਦੀ ਆ? ਮਿੱਠੀ ਹੁੰਦੀ ਆ, ਵਧੀਆ ਲੱਗਦਾ। ਹਾਂਜੀ, ਵਧੀਆ ਲੱਗਦਾ। ਆਵਾਂ ਤੇ ਕਿੱਥੋਂ ਆਏ ਜੀ? ਅਸੀਂ ਧਾਂਦਰੇ ਤੋਂ ਆਏ ਹਾਂ ਸਾਡੇ। ਹਾਂਜੀ ਹਾਂਜੀ, ਜ਼ਰੂਰ ਦੇਖਣਾ ਚਾਹੀਦਾ, ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ, ਆਪਣਾ ਕਲਚਰ ਪਿਛਲਾ ਪਿਛੋਕੜ ਦਿਖਾਉਣਾ ਚਾਹੀਦਾ, ਅਤੇ ਸਾਰੇ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਕਿਵੇਂ ਮੇਲੇ ਲੱਗਦੇ ਸੀ, ਕਿਵੇਂ ਕੀ ਆ ਸਾਰਾ ਕੁਛ। ਕੀ ਖਾਣ ਨੂੰ ਕੀ ਮਸ਼ਹੂਰ ਆ ਜੀ? ਖਾਣ ਨੂੰ ਇੱਥੇ ਪਾਥੀ, ਬਰਫੀ, ਇਹ ਚੀਜ਼ਾਂ ਜ਼ਿਆਦਾ ਮਸ਼ਹੂਰ ਨੇ, ਬਾਕੀ ਤਾਂ ਸਾਰਾ ਕੁਛ ਹੀ ਆ, ਤਕਰੀਬਨ ਹਰੇਕ ਚੀਜ਼ ਮਿਲਦੀ ਆ। ਰਿਸ਼ਤੇਦਾਰਾਂ ਨੂੰ ਮਿਲਣਾ? ਹਾਂਜੀ, ਇੱਥੇ ਸਾਡੀ ਭੂਆ ਜੀ ਨੇ, ਅਸੀਂ ਉੱਥੇ ਹਰੇਕ ਸਾਲ ਹੀ ਆਉਂਦੇ ਹਾਂ ਅਸੀਂ ਮੇਲਾ ਦੇ। ਖੁਸ਼ੀ ਹੁੰਦੀ ਆ ਨੌਜਵਾਨਾਂ ਨੂੰ, ਕਿਉਂ ਆਉਣਾ ਚਾਹੀਦਾ ਉਰੇ? ਹਾਂਜੀ, ਬਹੁਤ ਖੁਸ਼ੀ ਹੁੰਦੀ ਆ, ਅਸੀਂ ਹੁਣ ਲੰਘ ਗਿਆ ਤਾਂ ਹਰੇ ਅਗਲੇ ਸਾਲ ਦੀ ਵੇਟ ਹੁਣ ਤੋਂ ਹੀ ਕਰਨ ਲੱਗ ਜਾਂਦੇ ਹਾਂ। ਹਾਂਜੀ ਹਾਂ, ਅਤੇ ਨੌਜਵਾਨਾਂ ਨੂੰ ਆਉਣਾ ਤਾਂ ਚਾਹੀਦਾ, ਪਰ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ, ਸਾਰਿਆਂ ਨੂੰ ਵਧੀਆ ਤਰੀਕੇ ਨਾਲ ਇਹ ਦੇਖਣਾ ਚਾਹੀਦਾ। ਹਾਂਜੀ ਹਾਂਜੀ, ਜ਼ਰੂਰ ਪਤਾ ਲੱਗਦਾ, ਬਹੁਤ ਕੁਛ ਪਤਾ ਲੱਗਦਾ। ਦੁਕਾਨਾਂ ਹੋਰ? ਹਾਂਜੀ, ਦੁਕਾਨਾਂ ਸਾਰੇ ਲੋਕ, ਜਵਾਕ ਤਾਂ ਬਹੁਤ ਚਾਅ ਨਾਲ ਆਉਂਦੇ ਆ। ਹਾਂਜੀ, ਮੈਂ ਤਾਂ ਇਹੀ ਕਹੂੰਗੀ ਵੀ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ, ਅਤੇ ਪੇਰੈਂਟਸ ਨੂੰ ਆਉਣਾ ਚਾਹੀਦਾ, ਹਰ ਸਾਲ ਮੇਲਾ ਦੇਖਣਾ ਚਾਹੀਦਾ, ਇੱਕ ਬਹੁਤ ਕੁਛ ਦੇਖਣ ਨੂੰ ਸਿੱਖਣ ਨੂੰ ਮਿਲਦਾ, ਪਿਆਰ ਵੱਧਦਾ ਰਿਸ਼ਤੇਦਾਰਾਂ 'ਚ। ਬੱਚੇ ਹੁਣ ਆਉਂਦੇ ਨਹੀਂ, ਤੁਹਾਨੂੰ ਪਤਾ ਮੋਬਾਈਲਾਂ ਨੇ ਅੰਦਰ ਹੀ ਬੰਦ ਕੀਤੇ ਹੋਏ ਨੇ ਬੱਚੇ। ਆਉਣਾ ਚਾਹੀਦਾ, ਦੇਖਣਾ ਚਾਹੀਦਾ, ਹੁੱਲੜਬਾਜ਼ੀ ਨਹੀਂ ਪਰ ਕਰਨੀ ਚਾਹੀਦੀ, ਸਾਰਿਆਂ ਨੂੰ ਆਰਾਮ ਨਾਲ ਮੇਲਾ ਦੇਖਣਾ ਚਾਹੀਦਾ। ਜੇ ਆਪਾਂ ਗੱਲ ਕਰੀਏ ਚੀਜ਼ਾਂ, ਇੱਥੇ ਸੂਜੀ ਦੀ ਬਰਫੀ ਅਤੇ ਇੱਕ ਪਾਥੀ ਜ਼ਿਆਦਾ ਮਸ਼ਹੂਰ ਨੇ ਇੱਥੋਂ ਦੀਆਂ। ਹਾਂਜੀ ਹਾਂ, ਲੋਕ ਖਰੀਦਦੇ ਨੇ ਖੂਬ ਜੀ। ਹਾਂਜੀ, ਬਹੁਤ ਜ਼ਿਆਦਾ ਆਉਣਾ ਚਾਹੀਦਾ। ਹਾਂਜੀ ਹਾਂਜੀ, ਇੱਥੇ ਮੇਰਾ ਨਾਮ ਬਲਜੀਤ ਕੌਰ ਹੈ ਜੀ, ਮੇਰਾ ਪਿੰਡ ਛਪਾਰ ਆ, ਅਤੇ ਇੱਥੇ ਗੁੱਗਾ ਸਿੱਧ ਘਰ 'ਤੇ ਮੇਲਾ ਲੱਗਦਾ ਬਾਬਾ ਜੀ ਦਾ, ਬਹੁਤ ਭਾਰੀ ਮੇਲਾ, ਹਰ ਸੁੱਖ ਪੂਰੀ ਹੁੰਦੀ ਹੈ, ਅਤੇ ਬਹੁਤ ਭਾਰੀ ਯਾਨੀ ਕਿ ਇਕੱਠ ਨਾਲ ਜਾਣਿਆ ਜਾਣ ਵਾਲਾ ਮੇਲਾ, ਵਿਸ਼ਵ ਪ੍ਰਸਿੱਧ ਮੇਲਾ।
ਕਿੰਨੇ ਦਿਨ ਮੇਲਾ ਲੱਗਦਾ? ਇਹ ਘੱਟੋ ਘੱਟ 15 ਦਿਨ ਤਾਂ ਚੱਲੂਗਾ ਲਗਾਤਾਰ ਮੇਲਾ। ਹਾਂਜੀ 7 ਦਿਨ ਮਾਨਤਾ ਜਿਹੜੀ ਮਿੱਟੀ ਕਰਦੇ ਨੇ ਗੁੱਗਾ ਯਾਰ ਪੀਰ ਦੀ ਹੈ ਜੀ ਮਿੱਟੀ। ਸੱਪਾਂ ਦੇ ਰਾਜਾ ਗੁੱਗਾ ਜੀ ਦੀ ਜਗ੍ਹਾ ਇੱਥੇ ਤੇ ਤਕਰੀਬਨ 200 ਸਾਲ ਪੁਰਾਣੀ ਤੋਂ ਮੇਲਾ ਹੈ। ਸਾਰੇ ਧਰਮਾਂ ਦੇ ਲੋਕ ਇੱਥੇ? ਹਾਂਜੀ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ। ਆਪਸੀ ਭਾਈਚਾਰੇ ਦਾ ਵੀ ਕਾਰਨ ਬਣਦੇ ਨੇ ਵੀ ਇਕੱਠੇ ਹੁੰਦੇ ਨੇ। ਕੀ ਕਹੂੰਗਾ ਅੱਜ ਦੀ ਪੀੜ੍ਹੀ ਨੂੰ ਕਿਉਂਕਿ ਮੇਲੇ ਖਤਮ ਹੁੰਦੇ ਜਾ ਰਹੇ ਨੇ? ਅੱਜ ਦੀ ਪੀੜ੍ਹੀ ਨੂੰ ਇਹ ਸੰਦੇਸ਼ ਦੇਵਾਂਗੇ ਵੀ ਆਪਦੇ ਵਿਸ਼ਵ ਕਲਚਰ ਨਾਲ ਜੁੜੋ, ਆਪਣੀ ਵਿਰਾਸਤੀ ਚੀਜ਼ਾਂ ਨੂੰ ਦੇਖੋ। ਇੱਥੋਂ ਇੱਥੋਂ ਹੀ ਦੇਖਣ ਨੂੰ ਤੁਹਾਨੂੰ ਮਿਲਣਗੀਆਂ, ਹੋਰ ਕਿਤੇ ਤੁਸੀਂ ਨਹੀਂ ਦੇਖ ਸਕਦੇ। ਇੱਥੋਂ ਤੁਹਾਨੂੰ ਮੇਲੇ 'ਤੇ ਸਭ ਕੁਛ ਦੇਖੋਗੇ। ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ? ਹਾਂਜੀ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ, ਪਰ ਬੱਚੇ ਅੱਜ ਕੱਲ੍ਹ ਬਾਹਰ ਜਾ ਰਹੇ ਨੇ ਤੇ ਮੇਲਿਆਂ 'ਚ ਘੱਟ ਦਿਖਾਈ ਦਿੰਦੇ ਨੇ ਜੀ। ਹਾਂਜੀ ਬੱਚੇ ਤਕਰੀਬਨ ਸਭ ਦੇ ਬਾਹਰ ਹੀ ਨੇ। ਕਿੰਨੇ ਕੁ ਸਾਲਾਂ ਤੋਂ ਜਿਹੜਾ ਮਨਾਇਆ ਜਾਂਦਾ ਹੈ? ਇਹ 200 ਸਾਲ ਤੋਂ ਕਹਿੰਦੇ ਵੱਧ ਟਾਈਮ ਤੋਂ ਹੀ ਲੱਗਦਾ ਮੇਲਾ ਜੀ। ਇੱਥੇ ਸਾਰੀਆਂ ਚੀਜ਼ਾਂ, ਸਾਰੀਆਂ ਖੇਡਾਂ, ਸਰਕਸ, ਝੂਲੇ, ਕਿਸ਼ਤੀਆਂ ਵਗੈਰਾ ਇੱਥੇ ਹੀ ਮਿਲਣਗੀਆਂ ਤੁਹਾਨੂੰ, ਹੋਰ ਕਿਤੇ ਨੂੰ ਮਿਲਣਗੀਆਂ। ਜਾਂ ਫਿਰ ਫਿਲਮਾਂ 'ਚ ਦੇਖਿਆ ਜਾਂ ਜਾਂ ਇੱਥੇ ਛਪਾਰ ਦੇ ਮੇਲੇ 'ਚ ਦੇਖਿਆ। ਲੋਕਾਂ ਨੂੰ ਕੀ ਕਹੋਗੇ? ਲੋਕਾਂ ਨੂੰ ਕਹੋਗੇ ਵੀ ਆਓ ਅਤੇ ਭਾਈਚਾਰਕ ਸਾਂਝ ਨੂੰ ਦੇਖੋ, ਚੀਜ਼ਾਂ ਦੇਖੋ, ਅਤੇ ਸ਼ਹਿਰਾਂ ਵਿੱਚ ਘੱਟ ਜਾਵੋ ਅਤੇ ਇੱਥੇ ਦੇਖੋ। Thank you.